ਦੇਖੋ ਇਹਦੇ ਉੱਤੇ ਮੈਂ ਬਹੁਤ ਦੇਖੋ ਨਾ, ਇਹ ਸੀਰੀਅਸ ਗੱਲ ਆ, ਵੈਸੇ ਬਹੁਤ ਸੀਰੀਅਸ ਗੱਲ ਆ ਇਹਦੇ ਬਾਰੇ। ਚਾਹੇ ਪੰਜਾਬ ਸਰਕਾਰ ਆ ਨਾ, ਜਿਹੜੀ ਪੰਜਾਬ ਦੀ ਸਰਕਾਰ ਆ ਨਾ, ਉਰੇ ਦਿੱਲੀ 'ਚ ਵੀ ਇਹਨਾਂ ਦੀ ਸਰਕਾਰ ਆ, ਅਤੇ ਇਹ ਇਹਨਾਂ ਪੰਜਾਬ ਦੇ ਕੋਲ ਸਭ ਤੋਂ ਤਕੜੀ ਪੁਲਿਸ ਆ, ਇੰਟੈਲੀਜੈਂਸ ਆ। ਇਹ ਪਿੱਛੇ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਵਿਧਾਨ ਸਭਾ 'ਚ ਇਹੀ ਗੱਲ ਕਹੀ ਸੀ, ਅਤੇ ਮੈਂ ਇਹ ਖੁੱਲ੍ਹਾ ਚੈਲੇਂਜ ਕਰਦਾ ਸਰਕਾਰ ਨੂੰ, ਇਹਨਾਂ ਕੋਲ ਤਾਕਤਾਂ, ਜਿਹੜੇ ਬੰਦੇ ਪੈਸੇ ਦੇ ਰਹੇ ਆ, ਜਿਹੜੇ ਬੰਦੇ ਟੈਲੀਫੋਨ ਕਰ ਰਹੇ ਆ, ਅਤੇ ਭਾਈ ਸਾਹਿਬ ਤੁਹਾਨੂੰ ਰੋਕਿਆ ਕਿਹਨੇ ਆ, ਤੁਹਾਨੂੰ ਰੋਕਿਆ ਕਿਹਨੇ ਆ ਉਹਨਾਂ ਨੂੰ ਫੜਨ ਨੂੰ, ਉਹਨਾਂ ਦੇ ਚਿਹਰਾ ਨੰਗਾ ਕਰਨ ਨੂੰ ਤੁਹਾਨੂੰ ਕੌਣ ਰੋਕਦਾ? ਮੈਂ ਮੰਗ ਕਰਦਾ ਵੀ ਇਹ ਰੋਜ਼ ਦਾ ਝੂਠਾ ਤਮਾਸ਼ਾ ਹੈ ਜਿਹੜਾ, ਇਹ ਬੰਦ ਕਰਨ। ਮੁੱਖ ਮੰਤਰੀ ਅਤੇ ਦੂਜੇ ਦਿੱਲੀ ਵਾਲੇ, ਇਹ ਦੋਨੋਂ ਜਾਣੇ ਦੋਨੋਂ ਸਰਕਾਰਾਂ 'ਚ ਨੇ, ਇਹ ਕਿਹਨਾਂ ਨੂੰ ਬੇਵਕੂਫ ਬਣਾਉਂਦੇ ਆ ਇਹ ਗੱਲਾਂ ਕਰਕੇ? ਜਿੱਥੇ 25 ਕਰੋੜ ਰੁਪਈਆ ਆਉਂਦਾ ਉਹਨੂੰ ਫੜਨ, ਜਿਹੜਾ 25 ਕਰੋੜ ਰੁਪਈਆ ਦਿੰਦਾ ਉਹਨੂੰ ਫੜਨ। ਐਵੇਂ ਯਾਰ ਇਹ ਗੱਲਾਂ ਕਰਨੀਆਂ? ਕੋਈ ਕੋਈ ਇਹਦਾ ਕੋਈ, ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਮੈਨੂੰ ਦੱਸੋ ਸਰਕਾਰ ਉਰੇ ਪੱਤਾ ਕੁਸਕ ਸਕਦਾ ਪੰਜਾਬ 'ਚ? ਮੈਨੂੰ ਦੱਸੋ ਨਾ ਜਿੱਥੇ ਕਿੱਥੋਂ ਪੈਸਾ ਆ ਰਿਹਾ। ਇਹਨਾਂ ਦੇ ਬਾਰਡਰ ਨੇ, ਇਹਨਾਂ ਦੇ ਬਾਰਡਰ 'ਤੇ ਨਾਕੇ ਨੇ, ਅਤੇ ਇਹ ਕਿਹੜੀਆਂ ਗੱਲਾਂ ਕਰਦੇ ਹੋ? ਇੰਟੈਲੀਜੈਂਸ ਸਾਰੇ ਦੇਸ਼ 'ਚ ਇਹਨਾਂ ਦੀ ਆ, ਅਤੇ ਫੜਨ ਬੰਦੇ ਨੂੰ ਜਿਹੜਾ ਜਿਹਦੇ ਨਾਂ ਇਹ ਟੈਲੀਫੋਨ। ਹੁਣ ਕਿਉਂਕਿ ਉਰੇ ਦੀ ਗੱਲ ਨਹੀਂ ਰਹੀ, ਨੰਬਰ ਵੀ ਬਾਹਰਲੇ ਬਣਾ ਤੇ, ਹੁਣ ਵੀ ਬਾਹਰਲਾ, ਕੋਈ ਗੱਲ ਨਹੀਂ, ਇਲੈਕਸ਼ਨ ਲੰਘ ਜੇ, ਜਿਹੜੇ ਵੀ ਇਹਨਾਂ ਦੇ ਉਹ ਬੰਦੇ ਬਾਹਰੋਂ ਟੈਲੀਫੋਨ ਵੀ ਕਰਦੇ ਆ, ਜਿਹਨਾਂ ਤੋਂ ਇਹ ਕਰਾਉਂਦੇ ਆ, ਉਹ ਬਾਅਦ ਦੇ ਵਿੱਚ ਹਿੰਦੁਸਤਾਨ ਸਰਕਾਰ ਜਦੋਂ ਇਲੈਕਸ਼ਨ ਕੋਰਟ ਤੋਂ ਬਾਅਦ ਉਹ ਬੰਦਿਆਂ ਨੂੰ ਵੀ ਇੱਥੇ ਲਿਆ ਕੇ ਨੰਗੇ ਕਰਾਂਗੇ। ਦੇਖੋ ਇਹਦੇ ਉੱਤੇ ਮੈਂ ਬਹੁਤ ਦੇਖੋ ਨਾ, ਇਹ ਸੀਰੀਅਸ ਗੱਲ ਆ, ਵੈਸੇ ਇਹ ਬਹੁਤ ਸੀਰੀਅਸ ਗੱਲ ਆ ਇਹਦੇ ਬਾਰੇ। ਚਾਹੇ ਪੰਜਾਬ ਸਰਕਾਰ ਆ ਨਾ, ਜਿਹੜੀ ਪੰਜਾਬ ਦੀ ਸਰਕਾਰ ਆ ਨਾ, ਉਰੇ ਦਿੱਲੀ 'ਚ ਵੀ ਇਹਨਾਂ ਦੀ ਸਰਕਾਰ ਆ, ਅਤੇ ਇਹ ਇਹਨਾਂ ਪੰਜਾਬ ਦੇ ਕੋਲ ਸਭ ਤੋਂ ਤਕੜੀ ਪੁਲਿਸ ਆ, ਇੰਟੈਲੀਜੈਂਸ ਆ। ਇਹ ਪਿੱਛੇ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਵਿਧਾਨ ਸਭਾ 'ਚ ਇਹੀ ਗੱਲ ਕਹੀ ਸੀ, ਅਤੇ ਮੈਂ ਇਹ ਖੁੱਲ੍ਹਾ ਚੈਲੇਂਜ ਕਰਦਾ ਸਰਕਾਰ ਨੂੰ, ਇਹਨਾਂ ਕੋਲ ਤਾਕਤਾਂ, ਜਿਹੜੇ ਬੰਦੇ ਪੈਸੇ ਦੇ ਰਹੇ ਆ, ਜਿਹੜੇ ਬੰਦੇ ਟੈਲੀਫੋਨ ਕਰ ਰਹੇ ਆ, ਅਤੇ ਭਾਈ ਸਾਹਿਬ ਤੁਹਾਨੂੰ ਰੋਕਿਆ ਕਿਹਨੇ ਆ, ਤੁਹਾਨੂੰ ਰੋਕਿਆ ਕਿਹਨੇ ਆ ਉਹਨਾਂ ਨੂੰ ਫੜਨ ਨੂੰ, ਉਹਨਾਂ ਦੇ ਚਿਹਰਾ ਨੰਗਾ ਕਰਨ ਨੂੰ ਤੁਹਾਨੂੰ ਕੌਣ ਰੋਕਦਾ? ਮੈਂ ਮੰਗ ਕਰਦਾ ਵੀ ਇਹ ਰੋਜ਼ ਦਾ ਝੂਠਾ ਤਮਾਸ਼ਾ ਹੈ ਜਿਹੜਾ, ਇਹ ਬੰਦ ਕਰਨ। ਮੁੱਖ ਮੰਤਰੀ ਅਤੇ ਦੂਜੇ ਦਿੱਲੀ ਵਾਲੇ, ਇਹ ਦੋਨੋਂ ਜਾਣੇ ਦੋਨੋਂ ਸਰਕਾਰਾਂ 'ਚ ਨੇ, ਇਹ ਕਿਹਨਾਂ ਨੂੰ ਬੇਵਕੂਫ ਬਣਾਉਂਦੇ ਆ ਇਹ ਗੱਲਾਂ ਕਰਕੇ? ਜਿੱਥੇ 25 ਕਰੋੜ ਰੁਪਈਆ ਆਉਂਦਾ ਉਹਨੂੰ ਫੜਨ, ਜਿਹੜਾ 25 ਕਰੋੜ ਰੁਪਈਆ ਦਿੰਦਾ ਉਹਨੂੰ ਫੜਨ। ਐਵੇਂ ਯਾਰ ਇਹ ਗੱਲਾਂ ਕਰਨੀਆਂ? ਕੋਈ ਕੋਈ ਇਹਦਾ ਕੋਈ, ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਮੈਨੂੰ ਦੱਸੋ ਸਰਕਾਰ ਉਰੇ ਪੱਤਾ ਕੁਸਕ ਸਕਦਾ ਪੰਜਾਬ 'ਚ? ਮੈਨੂੰ ਦੱਸੋ ਨਾ ਜਿੱਥੇ ਕਿੱਥੋਂ ਪੈਸਾ ਆ ਰਿਹਾ। ਇਹਨਾਂ ਦੇ ਬਾਰਡਰ ਨੇ, ਇਹਨਾਂ ਦੇ ਬਾਰਡਰ 'ਤੇ ਨਾਕੇ ਨੇ, ਅਤੇ ਇਹ ਕਿਹੜੀਆਂ ਗੱਲਾਂ ਕਰਦੇ ਹੋ? ਇੰਟੈਲੀਜੈਂਸ ਸਾਰੇ ਦੇਸ਼ 'ਚ ਇਹਨਾਂ ਦੀ ਆ, ਅਤੇ ਫੜਨ ਬੰਦੇ ਨੂੰ ਜਿਹੜਾ ਜਿਹਦੇ ਨਾਂ ਇਹ ਟੈਲੀਫੋਨ। ਹੁਣ ਕਿਉਂਕਿ ਉਰੇ ਦੀ ਗੱਲ ਨਹੀਂ ਰਹੀ, ਨੰਬਰ ਵੀ ਬਾਹਰਲੇ ਬਣਾ ਤੇ, ਹੁਣ ਵੀ ਬਾਹਰਲਾ, ਕੋਈ ਗੱਲ ਨਹੀਂ, ਇਲੈਕਸ਼ਨ ਲੰਘ ਜੇ, ਜਿਹੜੇ ਵੀ ਇਹਨਾਂ ਦੇ ਉਹ ਬੰਦੇ ਬਾਹਰੋਂ ਟੈਲੀਫੋਨ ਵੀ ਕਰਦੇ ਆ, ਜਿਹਨਾਂ ਤੋਂ ਇਹ ਕਰਾਉਂਦੇ ਆ, ਉਹ ਬਾਅਦ ਦੇ ਵਿੱਚ ਹਿੰਦੁਸਤਾਨ ਸਰਕਾਰ ਜਦੋਂ ਇਲੈਕਸ਼ਨ ਕੋਰਟ ਤੋਂ ਬਾਅਦ ਉਹ ਬੰਦਿਆਂ ਨੂੰ ਵੀ ਇੱਥੇ ਲਿਆ ਕੇ ਨੰਗੇ ਕਰਾਂਗੇ।